ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪਹਿਲਾਂ ਪੇਸ਼ ਨੇ ਛੋਟੀਆਂ ਖਬਰਾਂ ਭਾਰਤ ਅਤੇ ਸਿੰਗਾਪੁਰ ਵਿਚਕਾਰ ਰੀਅਲ ਟਾਈਮ ਪੇਮੈਂਟ ਸਿਸਟਮ ਲਿੰਕੇਜ ਲਾਂਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੂਪੀਆਈ ਅਤੇ ਪੇਨਾਓ ਲਿੰਕੇਜ ਦਾ ਲਾਂਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੈ ਕੌਮੀ ਚਾਚੇਜ਼ਨਸੀ ਐਨਆਈਏ ਵੱਲੋਂ ਗੈਂਗਸਟਰਾਂ ਦੇ ਖਿਲਾਫ ਅਠ ਰਾਜਾਂ ਵਿੱਚ ਛਾਪੇਮਾਰੀ ਪੰਜਾਬ ਵਿੱਚ 30 ਥਾਵਾਂ ਤੇ ਛਾਪੇ ਸੀਬੀਆਈ ਵੱਲੋਂ ਪੰਡਾ ਵਿੱਚ 30 ਥਾਵਾਂ ਤੇ ਐਫਸੀਆਈ ਅਧਿਕਾਰੀਆਂ ਤੇ ਅਨਾਜ ਵਪਾਰੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੇਂਦਰੀ ਸਨਤ ਤੇ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਜ਼ਿਲ੍ਹਾ ਹੁਸ਼ਿਆਰpur ਵਿੱਚ ਕੇਂਦਰੀ ਯੋਜਨਾਵਾਂ ਦੀ ਸਮិក੍ਹਾ ਪੰਜਾਬ ਸਰਕਾਰ ਵੱਲੋਂ ਤਰਨਤਾਰਨ ਦੇ ਪਿੰਡ ਉਸਮਾ ਵਿੱਚ ਲੜਕੀਆਂ ਦੇ ਬਾਲਕਰ ਦੀ ਉਸਾਰੀ ਲਈ 55,63,000 ਰੁਪਏ ਦੀ ਪਹਿਲੀ ਕਿਸ਼ਤ ਜਾਰੀ ਤੇ ਚਾਰਤਾਂ ਯਾਤਰਾ ਲਈ ਸ਼ਰਦਾਲੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ भारत सिंगापुर विकार अज अच्छा रियल टाइम पेमेंट सिस्टम लिंकेज लॉन्च हो गया है लॉन्च आर बी आई के गवर्नर शक्तिकान दसटरी अथॉरिटी ऑफ सिंगापुर के प्रबंधक निदेशक रवि मैनन नेता प्रधानमंत्री नरेंद्र मोदी सिंगापुर के प्रधानमंत्री ली सीन लोंग भारत यूपीआई सिगापुर के पे नाओकार करॉस बॉर्डर कनैक्टिविटी लॉन्च के इस प्रोग्राम वीडियो कानफ्रेंसिंग राही शामिल हुए इस मौके पर प्रधानमंत्री नरेंद्र मोदी ने भारत सिंगापुर के लोगों को बधाई देद कि, कि यूपीआई पे नाउ लिंकेज का लॉन्च एक नवे अध्याय की शुरुआत है। यूपीआई पे नाउ लिंक का लॉन्च आज दोनों देशों के नागरिकों के लिए एक ऐसा उपहार है जिसका वे उत्सुकता से इंतजार कर रहे थे मैं भारत और सिंगापुर के लोगों को इसकी बहुत बहुत बधाई देता हूं प्रधानमंत्री ने कहा कि फिनटेक की दुनिया भारत के हजारों स्टार्टअप अपनी छाप रहे हैं उन्होंने आस प्रगट की कि जल्दी ही भारत में डिजिटल ट्रांजैक्शन नगद भुगतान तो वेगा फिनटेक की दुनिया में भारत के हजारों स्टार्टअप अपना लोहा मनवा रहे हैं इसी ऊर्जा की वजह से आज रियल टाइम डिजिटल ट्रांजेक्शन के मामले में भारत विश्व के अग्रणी देशों में है आज यूपीआई भारत में सबसे पसंदीदा पेमेंट मैकेनिज्म बन गया है ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਇੰਡੀਆ ਪ੍ਰੋਗਰਾਮ ਨਾਲ ਦੇਸ਼ ਵਿੱਚ ਇਸ ਆਫ ਲੀਵਿੰਗ ਅਥੀਜ਼ ਆਫ ਡੂਇੰਗ ਬਿਜ਼ਨਸ ਵੀ ਕਾਫੀ ਵਿਧਿਆਈ। ਉਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੋង ਨੇ ਕਿਹਾ ਕਿ ਨਾ ਦੋ ਭੁਗਤਾਨ ਪ੍ਰਣਾਲੀਆਂ ਦੇ ਜੋੜ ਨਾਲ ਦੋਹਾਂ ਦੇਸ਼ਾਂ ਦੇ ਨਿਵਾਸੀ ਸਰਹੱਦ ਪਾਰ ਤੋਂ ਤੇਜ਼ ਅਤੇ ਪ੍ਰਸਯੋਗ ਢੰਗ ਨਾਲ ਪੈਸੇ ਦਾ ਲੈਣ-ਦੇਣ ਕਰ ਸਕਣਗੇ। ਕੌਮੀ ਚਾਣਚ ਏਜੰਸੀ NIA ਵੱਲੋਂ ਦੇਸ਼ ਭਰ ਵਿੱਚ ਅਜੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਚੰਡੀਗੜ੍ਹ ਉੱਤਰ ਪ੍ਰਦੇਸ਼ ਗੁਜਰਾਤ ਅਤੇ ਮੱਧ ਪ੍ਰਦੇਸ਼ ਸਮੇਤ ਸਾਰੀ ਰਾਜਾਂ ਵਿੱਚ ਇੱਕੋ ਸਮੇਂ 70 ਤੋਂ ਵੱਧ ਥਾਵਾਂ ਤੇ NIA ਨੇ ਛਾਪਾ ਮਾਰਿਆ ਹੈ ਇਹਨਾਂ ਵਿੱਚੋਂ 3 ਥਾਵਾਂ ਪੰਜਾਬ ਵਿੱਚ ਨੇ ਕਿਹਾ ਜਾ ਰਿਹਾ ਹੈ ਕਿ ਦੇਸ਼ ਭਰ ਵਿੱਚ ਫੈਲੇ ਗੈਂਗਸਟਰ ਦੇ ਸਿੰਡੀਕੇਟ ਨੂੰ ਤੋੜਨ ਲਈ NIA ਨੇ ਇੰਨੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਐਨਆਈਏ ਵੱਲੋਂ ਇਸ ਤੋਂ ਪਹਿਲਾਂ ਪਿਛਲੇ ਸਾਲ ਦੇ ਅਖੀਰ ਵਿੱਚ ਵੀ ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ ਸੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੀਰਜ ਪਵਾਨਾ ਟਿੱਲੂ ਤਾਜਪੁਰੀਆ ਤੇ 골ਡੀ ਬਰਾੜ ਪਹਿਲਾਂ ਤੋਂ ਹੀ ਐਨਆਈਏ ਦੀ ਰਡਾਰ ਤੇ ਨੇ ਇਸ ਮਾਮਲੇ ਵਿੱਚ ਚਨਾਏਏ ਕਈ ਗੈਂਗਸਟਰਾਂ ਤੋਂ ਪੁੱਛਗਿੱਛ ਵੀ ਕਰ ਚੁੱਕੀ ਹੈ ਜਿਸ ਲਈ ਸਾਲ ਅਕਤੂਬਰ ਵਿੱਚ ਅਤਵਾਦ ਵਿਰੋਧੀ ਏਜੰਸੀ NIA ਨੇ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਪੰਜਾਤਵਾ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ ਇਸ ਤੋਂ ਬਾਅਦ ਏਜੰਸੀ ਨੇ ਇੱਕ ਗੈਂਗਸਟਰ ਅਤੇ ਵਕੀਲ ਨੂੰ ਗ੍ਰਿਫਤਾਰ ਵੀ ਕੀਤਾ ਸੀ ਇਸ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਛਾਣਾ ਵਿੱਚ ਰੇ ਗੈਂਗਸਟਰ ਰਮੀ ਮਛਾਣਾ ਦੇ ਘਰ NIA ਵੱਲੋਂ ਛਾਪਾ ਮਾਰਿਆ ਗਿਆ ਰਮੀ ਮਛਾਣਾ ਪਹਿਲਾਂ ਤੋਂ ਹੀ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਨਜ਼ਰਬੰਦ ਕੇਂਦਰੀ ਜਾਂਚ ਬਿਊਰੋ ਸੀਬੀਆਈ ਵੱਲੋਂ ਅੱਜ ਆਪਰੇਸ਼ਨ ਕਰਨਕ ਦੋ ਤਹਿਤ ਪੰਜਾਬ ਵਿੱਚ ਪੰਜਾਹ ਥਾਵਾਂ ਤੇ ਛਾਪੇਮਾਰੀ ਕੀਤੀ ਗਈ। ਸੀਬੀਆਈ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਬਿਊਰੋ ਦੀਆਂ ਟੀਮਾਂ ਨੇ ਮਾਨਸਾ, ਰਾਜਪੁਰਾ, ਪਟਿਆਲਾ, ਸਰਹੰਦ, ਫਤਿਹਗੜ੍ਹ ਸਾਹਿਬ, ਮੁਹਾਲੀ, ਸੁਨਾਮ, ਮੋਗਾ, ਫਿਰੋਜ਼ਪੁਰ, ਲੁਧਿਆਣਾ ਅਤੇ ਸੰਗਰੂਰ ਅਤੇ ਹੋਰ ਕਈ ਥਾਈਂ ਵਿੱਚ ਐਫਸੀਆਈ ਅਧਿਕਾਰੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਸੀਬੀਆਈ ਨੇ ਛਾਪੇਮਾਰੀ ਦੌਰਾਨ ਐਫਸੀਆਈ ਦੇ ਡੀਜੀਐਮ ਅਤੇ ਮੈਨੇਜਰ ਖਰਰ ਸਥਿਤ ਇੱਕ ਫਰਮ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਅਤੇ 1 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਵਕਫਾਕ ਸੰਪਤੀਆਂ ਨਾਲ ਸੰਬੰਧਿਤ ਦਸਤਾਵੇਜ਼ ਅਪਰਾਧਿਕ ਦਸਤਾਵੇਜ਼ ਅਤੇ ਡਿਜੀਟਲ ਉਪਕਰਨ ਆਦਿ ਬਰਾਮਦ ਕੀਤੇ ਨੇ ਦਸਤਾਵੇਜ਼ਾਂ ਦੀ ਪੜਤਾਲ, ਗ੍ਰਿਫਤਾਰ ਮੁਲਜ਼ਮਾਂ ਤੋਂ ਪੁੱਛ-ਪੜਤਾਲ, ਗਵਾਹਾਂ ਦੇ ਬਿਆਨ, ਕੇਸ ਦੇ ਤੱਥਾਂ ਤੋਂ ਜਾਣੂ ਵਿਅਕਤੀਆਂ ਦੀ ਜਾਂਚ ਅਤੇ ਤਕਨੀਕੀ ਅੰਕੜਿਆਂ ਦੇ ਵਿਸ਼ਲੇਸ਼ਣ ਸਮੇਤ ਹੋਰ ਜਾਂਚ ਤੋਂ ਕਿਤੇ ਤੌਰ ਤੇ ਖੁਲਾਸਾ ਹੋਇਆ ਸੀ ਕਿ ਐਫਸੀਆਈ ਦੇ ਅਧਿਕਾਰੀ ਪ੍ਰਾਈਵੇਟ ਰਾਈਸ ਮਿੱਲਰ ਅਤੇ ਅਨਾਜ ਵਪਾਰੀ ਇੱਕ ਸਿੰਡੀਕੇਟ ਦਾ ਹਿੱਸਾ ਨੇ ਪੰਜਾਬ ਪੁਲਿਸ ਵੱਲੋਂ ਅੱਜ ਸਵੇਰੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਇੱਕ ਚੈਕਿੰਗ ਮੁਹਿੰਮ ਚਲਾਈ ਗਈ। ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ। ਗੁਰਦਾਸਪੁਰ ਦੇ ਡੀਜੀਪੀ ਨਰੇਸ਼ अरोड़ा ਵੱਲੋਂ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਤੇ ਸੀਆਈਏ ਸਟਾਫ ਵੱਲੋਂ ਪਿੰਡ ਜੋੜਾ ਖੇਤਰਾ ਵਿੱਚ ਛਾਪਾ ਮਾਰਿਆ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਰਾਜ ਵਿੱਚ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਦਮ ਚੁੱਕਣ ਦੇ ਹਿੱਸੇ ਵਜੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਗੈਂਗਸਟਰਾਂ ਤੇ ਹੋ ਰਹੀ NIA ਦੀ ਰੇਡ ਬਾਰੇ ਉਹਨਾਂ ਕਿਹਾ ਕਿ ਰਾਜ ਵਿੱਚ ਅਮਨ ਸ਼ਾਂਤੀ ਰੱਖਣ ਲਈ ਹਰ ਇੱਕ ਏਜੰਸੀ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਦੇਸ਼ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ NIA ਵੀ ਆਪਣਾ ਕੰਮ ਕਰ ਰਹੀ ਹੈ। ਜਿਹੜੇ ਜਿਹੜੇ ਹੌਟਸਪੌਟ ਨੇ ਉਹਨਾਂ ਦੀ ਸਰਚ ਆਪਰੇਸ਼ਨ ਸਾਰਾ ਚਲਾਇਆ ਗਿਆ ਪੁਲਿਸ ਵੱਲੋਂ। ਔਰ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਸਾਰੀਆਂ ਸਬਡਿਵੀਜ਼ਨਸ ਦੇ ਵਿੱਚ ਇਹ ਆਪਰੇਸ਼ਨ ਇਸ ਟਾਈਮ ਕੀਤਾ ਜਾ ਰਿਹਾ ਹੈ ਜਿਹੜੇ ਇਹਨਾਂ ਕੋਲ ਕੋਈ ਪੁਰਾਣੀ ਹਿਸਟਰੀ ਦੇ ਕੋਈ ਮਾਰੇ ਹੰਸਣਾ ਬਾਰੇ ਕੋਈ ਡਰੱਗਸ ਦੇ ਕੇਸਸ ਵਾਲੇ ਮੁਲਜ਼ਮ ਨੇ ਕੁਝ ਹੋਰ ਇਹਨਾਂ ਕੋਲ ਇਨਫੋਰਮੇਸ਼ਨ ਹੁੰਦੀ ਹੈ ਜਾਂ ਜਿਹੜੇ ਏਰੀਆ ਦਾ ਕੁਝ ਪਤਾ ਲੱਗਦਾ ਸੋ ਇਹਨਾਂ ਨੇ ਉਹ ਹਰ ਸਬਡਿਵੀਜ਼ਨ ਹਰ ਏਰੀਆ ਦੇ ਵਿੱਚ ਆਪਣੇ ਉਹ ਏਰੀਆਜ਼ ਆਇਡੈਂਟੀਫਾਈ ਕੀਤੇ ਨੇ ਤੇ ਉਸੇ ਲੜੀ ਦੇ ਵਿੱਚ ਇੱਥੇ ਤਾਰੀਵਾਲ ਤੇ ਬਾਕੀ ਸਬਡਿਵੀਜ਼ਨਾਂ ਦੇ ਵਿੱਚ ਵੀ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਫਿਲਹਾਲ 411 ਕਰੋੜ ਰੁਪਏ ਦੀ ਲਾਗਤ ਨਾਲ ਮੁਕੇਰੀਆਂ ਤਲਵਾੜਾ ਰੇਲਵੇ ਲਾਈਨ ਦਾ ਕੰਮ ਸ਼ੁਰੂ ਹੋਵੇਗਾ ਇਹ ਜਾਣਕਾਰੀ ਕੇਂਦਰੀ ਸਨਤ ਅਤੇ ਵਰਣਜ ਰਾਜ ਮੰਤਰੀ ਸੋਮਪ੍ਰਕਾਸ਼ ਨੇ ਹੁਸ਼ਿਆਰਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ਉਹ ਅੱਜ ਜ਼ਿਲ੍ਹਾ ਵਿਕਾਸ ਕੋਆਰਡੀਨੇਸ਼ਨ ਤੇ ਮੋਨਿਟਰਿੰਗ ਕਮੇਟੀ ਦੀ ਬੈਠਕ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਉਨਾ ਦੱਸਿਆ ਕਿ 1553 ਕਰੋੜ ਰੁਪਏ ਦੀ ਲਾਗਤ ਨਾਲ ਫਗਵਾੜਾ ਹੁਸ਼ਿਆਰਪੁਰ ਫੌਲ ਲੇਨ ਸੜਕ ਦਾ ਕੰਮ ਇਸ ਸਾਲ ਸਤੰਬਰ ਤੱਕ ਸ਼ੁਰੂ ਹੋ ਜਾਵੇਗਾ ਅਤੇ 1730 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਕੁਮਾਨ ਟਾਂਡਾ ਹਾਈਵੇ ਦਾ ਵੀ ਨਿਰਮਾਣ ਹੋਵੇਗਾ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 4099 ਕਰੋੜ ਰੁਪਏ ਦੀਆਂ ਕੇਂਦਰੀ ਯੋਜਨਾਵਾਂ ਦੀ ਕੰਮ ਚੱਲ ਰਹੀ ਨੇ। ਕੇਂਦਰੀ ਰਾਜ ਮੰਤਰੀ ਨੇ ਦੱਸਿਆ ਕਿ ਆਵਾਸ ਯੋਜਨਾ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 779 ਘਰ ਬਣਾ ਕੇ ਦਿੱਤੇ ਜਾ ਰਹੇ ਨੇ ਅਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਜ਼ਿਲ੍ਹੇ ਵਿੱਚ ਲਾਭਪਾਤਰੀਆਂ ਨੂੰ 233 ਕਰੋੜ ਰੁਪਏ ਤੋਂ ਵੱਧ ਟਰਾਂਸਫਰ ਕੀਤੀ ਗਈ ਹੈ ਪੱਤਰਕਾਰਾਂ ਦੇ ਹੌਰਸ ਸਵਾਲਾਂ ਦਾ ਜਵਾਬ ਦਿੰਦਿਆਂ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ 13.98 ਕਰੋੜ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ਜਲੰਧਰ ਰੋਡ ਦਾ ਮੋੜ ਨਿਰਮਾਣ ਕਰਵਾਇਆ ਜਾ ਰਿਹਾ ਹੈ ਜ਼ਿਲ੍ਹੇ ਵਿੱਚ ਚੱਲ ਰਹੀਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਸਮੀਖਿਆ ਕਰਨ ਮਗਰੋਂ ਨਾਨੀ ਅਧਿਕਾਰੀਆਂ ਨੂੰ ਇਹਨਾਂ ਵੱਖ-ਵੱਖ ਯੋਜਨਾਵਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਕਿਹਾ ਤਾਂ ਜੋ ਇਹਨਾਂ ਦਾ ਸਬੰਧਿਤ ਲਾਭਪਾਤਰੀਆਂ ਨੂੰ ਸਮੇਂ ਸਿਰ ਫਾਇਦਾ ਪਹੁੰਚਾਇਆ ਜਾ ਸਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਰ ਨੇ ਕੇਂਦਰੀ ਰਾਜ ਮੰਤਰੀ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਐਮਪੀ ਲੈਂਡ ਫੰਡ ਤੋਂ ਇਲਾਵਾ ਹੋਰ ਕੇਂਦਰੀ ਯੋਜਨਾਵਾਂ ਤਹਿਤ ਸ਼ੁਰੂ ਕੀਤੇ ਗਏ ਵਿਕਾਸ ਕਾਰਜ ਜਲਦ ਮੁਕੰਮਲ ਕਰਵਾਏ ਜਾਣਗੇ ਪੰਜਾਬ ਸਰਕਾਰ ਨੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾ ਵਿਖੇ ਲੜਕੀਆਂ ਦੇ ਬਾਲ ਘਰ ਦੀ ਉਸਾਰੀ ਕਰਨ ਦੀ ਯੋਜਨਾਵਲੀ ਕੀ ਹੈ ਇਸ ਲਈ ਪਹਿਲੀ ਕਿਸ਼ਤ ਵਜੋਂ 55 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਚੰਡੀਗੜ੍ਹ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਲੋੜਵੰਦ ਬੱਚਿਆਂ ਲਈ ਬਾਲ ਘਰ ਦੀ ਉਸਾਰੀ ਨਾਲ ਜ਼ਿਲ੍ਹੇ ਅਤਿਅਲੀਦ ਵਾਲੇ ਦੇ ਜ਼ਿਲ੍ਹਿਆਂ ਦੇ ਲੋੜਵੰਦ ਬੱਚਿਆਂ ਨੂੰ ਆਸਰਾ ਮਿਲੇਗਾ ਉਨਾ ਕਿਹਾ ਕਿ ਤਰਨਤਾਰਨ ਵਿੱਚ ਬਾਲ ਘਰਾਂ ਨਾ ਹੋਣ ਕਾਰਨ ਲੋੜਵੰਦ ਬੱਚਿਆਂ ਦੀ ਦੇਖਰੇਖ ਵਿੱਚ ਔਕੜਾਂ ਆ ਰਹੀਆਂ ਸਨ ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਲ ਘਰ ਦੀ ਉਸਾਰੀ ਕਾਰਜਾਂ ਵਿੱਚ ਪਾਰਦਰਸ਼ਤਾ ਅਤੇ ਮਿਆਰ ਨੂੰ ਯਕੀਨੀ ਬਣਾਉਣ ਲਈ ਅਤੇ ਵਿੱਤੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਫੌਜ ਵਿੱਚ ਅਗਨੀਪਥ ਸਕੀਮ ਅਧੀਨ ਅਗਨੀਵੀਰਾਂ ਦੀ ਭਰਤੀ ਲਈ ਅਣਵਿਆਹੇ ਨੌਜਵਾਨ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਨੇ। ਮਲੇਰਕੋਟਲਾ ਬਨਾਲਾ ਪਟਿਆਲਾ ਸੰਗਰੂਰ ਮਾਨਸਾ ਅਤੇ ਫਤਿਗੜ ਸਾਹਿਬ ਜ਼ਿਲ੍ਹਿਆਂ ਦੀ ਉਮੀਦਵਾਰਾਂ ਲਈ ਅਗਨੀਵੀਰ ਜਨਰਲ ਡਿਊਟੀ ਅਗਨੀਵੀਰ ਟੈਕਨੀਕਲ ਅਗਨੀਵੀਰ ਕਲਰਕ ਸਟੋਰ ਕੀਪਰ ਟੈਕਨੀਕਲ ਅਗਨੀਵੀਰ ਟ੍ਰੇਡਸਮੈਨ ਲਈ 10ਵੀਂ ਅਤੇ 8ਵੀਂ ਪਾਸ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਨੇ ਇਹਨਾਂ ਸ਼੍ਰੇਣੀਆਂ ਲਈ 17 April ਨੂੰ ਆਨਲਾਈਨ ਕੰਪਿਊਟਰ ਦਾਰਿਤ ਪ੍ਰੀਖਿਆ ਕਰਵਾਈ ਜਾਵੇਗੀ ਆਨਲਾਈਨ ਰਜਿਸਟ੍ਰੇਸ਼ਨ 16 February ਤੋਂ 15 March ਤੱਕ ਖੁੱਲ੍ਹੀ ਹੈ ਸਿਰਫ www.joiningindianarmy.nic.in ਤੇ ਅਪਲਾਈ ਕਰਨ ਵਾਲੇ ਉਮੀਦਵਾਰ ਪ੍ਰੀਖਿਆ ਵਿੱਚ ਬੈਠਣ ਦੇ ਯੋਗ ਹੋਣਗੇ ਚਾਰਤਮ ਯਾਤਰਾ ਲਈ ਸ਼ਰਦਾਲਾ ਦੀ ஆன்ਲਾਈਨ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ ਸਰਸਪਟਾ ਵਿਭਾਗ ਦਾ ਪੋਰਟਲ ਆਨਲਾਈਨ ਲਈ ਅੱਜ ਸਵੇਰੇ 7 ਵਜੇ ਤੋਂ ਖੁੱਲ ਗਿਆ। ਗੰਗੋਤਰੀ ਅਤੇ ਯਮਨੋਤਰੀ ਧਾਮ ਦੇ ਦੁਆਰ ਖੁੱਲਣ ਦੀ ਤਰੀਖ ਦੇ ਰਸਮੀ ਐਲਾਨ ਹੋਣ ਤੱਕ ਸ਼ਰਧਾਲੂ ਬਦਰੀਨਾਥ ਅਤੇ ਕੇਦਾਰਨਾਥ ਧਾਮ ਲਈ ਰਜਿਸਟ੍ਰੇਸ਼ਨ ਕਰ ਸਕਣਗੇ। ਇਸ ਨਾਲ ਸ਼ਰਧਾਲੀਆਂ ਨੂੰ ਨਾ ਸਿਰਫ ਘਰ ਬੈਠੇ ਰਜਿਸਟ੍ਰੇਸ਼ਨ ਕਰਵਾਉਣ ਵਿੱਚ ਮਦਦ ਮਿਲੇਗੀ ਸਗੋਂਾਂ ਨੂੰ ਮੰਦਰ ਦੇ ਖੁੱਲਣ ਦੇ ਸਮੇਂ ਬਾਰੇ ਵੀ ਪੂਰੀ ਜਾਣਕਾਰੀ ਮਿਲੇਗੀ। Hindu Devi Devdhan ਤੇ ਭਾਰਤ ਦੀਆਂ ਚਾਰ ਪਵਿੱਤਰ ਨਦੀਆਂ ਵਿਸਮਰਪਿਤ ਇਹ ਚਾਰ ਪਵਿੱਤਰ ਸਥਾਨ ਉੱਤਰਾਖੰਡ ਦੇ ਗੜਵਾਲ ਵਿੱਚ ਸਥਿਤ ਨੇ ਤੇਸ਼ ਵਿਦੇਸ਼ ਤੋਂ ਸ਼ਰਧਾਲੂ ਚਾਰ ਧਾਮ ਯਾਤਰਾ ਦੌਰਾਨ ਇਹਨਾਂ ਦੇ ਦਰਸ਼ਨ ਕਰਦੇ ਨੇ ਕੇਂਦਰੀ ਯੁਵਾ ਤੇ ਖੇਡ ਮੰਤਰਾਲਾ ਵੱਲੋਂ ਕਰਵਾਈ ਗਈ ਦੂਜੀ ਫਿਟ ਇੰਡੀਆ ਕੁਇਜ਼ ਮੁਕਾਬਲੇ ਦੀ ਮੁੱਢਲੀ ਗੇੜ ਵਿੱਚ ਪੰਜਾਬ ਦੇ ਦੋ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਤੀ ਆਪਣਾ ਸਥਾਨ ਬਣਾਇਆ ਹੈ ਇਹ ਨਵੀਂ ਸੁਪਤਾਨ ਕੋਰਤੀ ਕੇਂਦਰੀ ਵਿਦਿਆਲਾ ਨੰਗਲਪੂਰ ਦੀ 8ਵੀਂ ਜਮਾਤ ਦੀ ਵਿਦਿਆਰਥਣ ਆਕ੍ਰਿਤੀ ਕੌਸ਼ਲ ਨੇ ਫਿਟ ਇੰਡੀਆ ਕੁਇਜ਼ ਮੁਕਾਬਲੇ ਦੇ ਪਹਿਲੇ ਰਾਉਂਡ ਵਿੱਚ ਨੈਸ਼ਨਲ ਰੈਂਕਿੰਗ ਵਿੱਚ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ ਇਹ ਮੁਕਾਬਲਾ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ 8 ਦਸੰਬਰ ਨੂੰ ਆਨਲਾਈਨ ਕਰਵਾਇਆ ਗਿਆ ਸੀ ਆਕ੍ਰਿਤੀ ਨੂੰ ਘਰ ਤੋਂ ਹੀ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰोत्사ਹਿਤ ਕੀਤਾ ਜਾਂਦਾ ਰਿਹਾ ਹੈ ਉਸ ਲਈ ਪਰਿਵਾਰ ਵੱਲੋਂ ਘਰ ਵਿੱਚ ਹੀ ਬੈਡਮਿੰਟਨ ਕੋਰਟ ਬਣਾ ਕੇ ਦਿੱਤਾ ਹੋਇਆ ਹੈ ਬੈਡਮਿੰਟਨ ਦੇ ਨਾਲ ਉਸ ਨੂੰ ਕੋਕੂ ਖੇਡ ਵਿੱਚ ਵੀ ਦਿਲਚਸਪੀ ਹੈ ਜਿਸ ਦੇ ਜ਼ੋਨਲ ਮੁਕਾਬਲੇ ਵਿੱਚ ਉਸ ਵੱਲੋਂ ਇਨਾ

आप गेम खेल रहे हो तो उससे पहले आपको नॉलेज होना चाहिए उस गेम का तो फिर हमने पढ़ना शुरू किया एंड जब हमारे क्विज में नाम भरा गया तो फिर हमने और प्रिपरेशन किया एंड फिर एंड हमें फ़ोन आया कि उन्होंने हम ये कहा कि आपका वो एपोजीशन आप आया एंड आपका फ़ोटो चाहिए तो फिर हमने इनको फ़ोटो भेजा था ਰਾਸ਼ਟਰੀ ਪੱਧਰੀ ਸਖਤ ਮੁਕਾਬਲੇ ਵਿੱਚ ਅਕ੍ਰਿਤੀ ਕੌਸ਼ਲ ਦੀ ਇਸ ਪ੍ਰਾਪਤੀ ਤੇ ਉਸ ਦਾ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਕਾਲਜ ਇੰਦੋਰਾ ਵਿੱਚ ਪ੍ਰੋਫੈਸਰ ਆਕ੍ਰਿਤੀ ਦੇ ਪਿਤਾ ਪੰਕਜ ਕੌਸ਼ਲ ਨੇ ਬੇਟੀ ਦੇ ਪ੍ਰਦਰਸ਼ਨ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਤੇ ਇਹ ਸਾਰਾ ਪਰਿਵਾਰ ਜਿਹੜਾ ਬਹੁਤ ਖੁਸ਼ ਹੈ ਕਿ ਇਦਾਂ ਹੀ ਮਤਲਬ ਅੱਗੇ ਵੀ ਇਹ ਅੱਛਾ ਮਤਲਬ ਕਰਨ ਔਰ ਅੱਛੀ ਅੱਛੀ ਪੋਜੀਸ਼ਨ ਹੈ ਅਸੀਂ ਇੰਦੇ ਮਤਲਬ ਟੀਚਰਜ਼ ਦਾ ਵੀ ਬਹੁਤ ਸ਼ੁਕਰਗੁਜ਼ਾਰ ਅਗੇ ਹੈ ਕਿ ਜਿਨ੍ਹਾਂ ਨੇ ਇਹਨਾਂ ਬੱਚਾ ਨੂੰ ਇੱਕ ਮੌਕਾ ਦਿੱਤਾ ਹੈ ਕਿਸਪ ਕੰਪੀਟੀਸ਼ਨ ਪਾਰਟਿਸਪੀਗਨ ਸਪੈਸ਼ਲੀ ਥੈਂਕਸ ਟੂ ਦਾ ਪ੍ਰਿੰਸੀਪਲ ਸਰ ਨੂੰ ਵੀ ਕਿਉਂਕਿ ਉਹਨਾਂ ਦੀ ਗਾਈਡੈਂਸ ਦੇ ਅੰਦਰ ਹੀ ਇਹ ਸਾਰਾ ਕੁਝ ਹੋਇਆ ਹੈ ਤੇ ਬਾਕੀ ਅਸੀਂ ਸੈਂਟਰਲ ਗਵਰਨਮੈਂਟ ਦੇ ਵੀ ਸ਼ੁਕਰਗੁਜ਼ਾਰ ਹਾਂ ਕਿ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਦੇ ਜਿਨ੍ਹਾਂ ਨੇ ਇੰਨੀ ਅੱਛਾ ਇਹ ਚਲਾਇਆ ਹੈਗਾ ਸਿਸਟਮ ਕਿ ਬੱਚਿਆਂ ਨੂੰ ਐਕਸਪੋਜ਼ਰ ਮਿਲ ਰਿਹਾ ਹੈ ਔਰ ਖੇਡਣਾ ਪਤੀ ਜਿਹੜੀ ਬੱਚਿਆਂ ਦੀ ਰੁਚੀ ਹੈ ਉਹ ਵੱਧ ਰਹੀ ਹੈ ਆਮ ਤੌਰ ਤੇ ਫਰਵਰੀ ਦਾ ਮਹੀਨਾ ਹਲਕੀ ਠੰਡ ਵਾਲਾ ਹੁੰਦਾ ਹੈ ਪਰ ਉੱਤਰ ਭਾਰਤ ਵਿੱਚ ਕਈ ਥਾਵਾਂ ਤੇ ਗਰਮੀ ਇਸ ਵਾਰ ਰਿਕਾਰਡ ਤੋੜ ਰਹੀ ਹੈ ਰਾਜਧਾਨੀ ਦਿੱਲੀ ਵਿੱਚ ਫਰਵਰੀ ਮਹੀਨੇ ਵਿੱਚ ਧੀ ਗਰਮੀ ਨੇ ਪਿਛਲੇ 17 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਮੌਸਮ ਵਿਭਾਗ ਅਨੁਸਾਰ 20 ਫਰਵਰੀ ਨੂੰ ਦਿੱਲੀ ਦੇ ਸਫਦਰਜੰਗ ਇਲਾਕੇ ਵਿੱਚ ਤਾਪਮਨ 33.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਪਿਛਲੇ 55 ਸਾਲਾਂ ਵਿੱਚ ਫਰਵਰੀ ਦੇ ਮਹੀਨੇ ਵਿੱਚ ਤੀਜਾ ਸਭ ਤੋਂ ਗਰਮ ਦਿਨ ਰਿਹਾ ਦਿੱਲੀ ਵਿੱਚ ਫਰਵਰੀ ਮਹੀਨੇ ਸਭ ਤੋਂ ਵੱਧ ਗਰਮੀ ਸਾਲ 2006 ਵਿੱਚ ਪਈ ਸੀ ਉਦੋਂ ਤਾਪਮਨ 34.1 ਡਿਗਰੀ ਤੱਕ ਚਲਿਆ ਗਿਆ ਸੀ ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਵੀ ਗਰਮੀ ਕਾਫੀ ਵਧ ਗਈ ਹੈ ਮੌਸਮ ਵਿਭਾਗ ਅਨੁਸਾਰ ਤਾਪਮਨ ਆਮ ਨਾਲੋਂ ਕਿਤੇ ਵੱਧੇ मौसम विभाग शिमला के निदशक सुरेंद्र पॉल ने कहा कि भावे अजे तापमान वाधा हो रहा है पर आने वाले दिन पछमी प्रभाव कारण तापमान गिरावट दर्ज की जाएगी खबर इजाजत द